ਸਿੱਧੂ ਗੋਤ ਆ ਮਾਲਵੇ ਦੀ ਧਰਤੀ ਆ ਤੇ ਰਾਮਪੂੜਾ ਫੂਲ ਦਾ ਇਲਾਕਾ ਹੈ ਤੇ ਇੱਥੇ ਗੁਰੂ ਕਾ ਸਿੱਖ ਰਹਿੰਦਾ ਉਹਦਾ ਨਾਂ ਆ ਭਾਈ ਆਦਮ ਬਾਬਾ ਆਦਮ ਲੋਕੀ ਕਹਿੰਦੇ 70 ਸਾਲ ਦੀ ਉਮਰ ਹੋ ਗਈ ਆ ਦਾੜੇ ਦੇ ਸਿਰ ਦੇ ਕੇਸ ਤੇ ਚਿੱਟੇ ਹੋਣੇ ਸੀ ਪਰਵਟਿਆਂ ਦੇ ਕੇਸ ਵੀ ਚਿੱਟੇ ਹੋ ਗਏ ਮੋਹ ਦੇ ਮਾਰਿਆਂ ਹੋਇਆ ਨੇ 70 ਸਾਲ ਦੀ ਉਮਰ ਵਿੱਚ ਜਾ ਕੇ ਸੇਵਾ ਆਰੰਭ ਕੀਤੀ ਇੱਕ ਸਾਲ ਸੇਵਾ ਕਰਦੇ ਰਹਿ ਇੱਕ ਸਾਲ ਸੇਵਾ ਕਰਦੇ ਰਹਿ ਤੇ ਬੜੀ ਭਾਰੀ بارش ਹੋਈ 2-3 ਦਿਨ ਲਗਾਤਾਰ ਮੀਂਹ ਵਰਦਾ ਰਿਹਾ ਤੇ ਭਾਈ ਆਦਮ ਬਾਲਣ ਵੱਢ ਕੇ ਲਿਆਇਆ ਕਰਦਾ ਹੁੰਦਾ ਸੀ ਪੰਡ ਲੰਗਰ ਵਿੱਚ ਸੁੱਟ ਦੇਣੀ ਪੰਡ ਇੱਕ ਆਪਣੇ ਸਥਾਨ ਤੇ ਸੁੱਟ ਲੈਣੀ ਜਿੱਥੇ ਕਿਆਮ ਕਰਦਾ ਸੀ ਤੇ ਜਦੋਂ 3-4 ਦਿਨ ਲਗਾਤਾਰ ਮੀਂਹ ਪਿਆ ਠੰਡੀ ਬਾਹ ਵਗ ਗਈ ਨਾ ਬਾਲਣ ਵਢਣ ਜਾਇਆ ਨਹੀਂ ਗਿਆ ਬਾਰ ਤੇ ਜਿਹੜੇ ਘਰ ਬਾਲਣ ਦਾ ਢੇਰ ਮਾਰਿਆ ਸੀ ਉੱਥੋਂ ਬਾਲਣ ਚੁੱਕ ਚੁੱਕ ਕੇ ਲੰਗਰ ਚ ਪਹੁੰਚਾਉਂਦਾ ਰਿਹਾ ਤੇ ਘਰ ਵਾਲਾ ਬਾਲਣ ਵੀ ਸਾਰਾ ਮੁੱਕ ਗਿਆ ਤੇ ਸੰਗਤਾਂ ਨਾ ਕਿਤੇ ਤੁਰੀਆਂ ਸਨ ਕਾਬਲ ਕੰਧਾਰ ਚੋਂ ਗੁਰੂ ਰਾਮਦਾਸ ਦੇ ਦਰਸ਼ਨਾਂ ਨੂੰ ਚਲਦੀਆਂ ਆ ਰਹੀਆਂ ਸਨ ਭੁੱਖੀਆਂ ਵੀ ਸਨ ਥੱਕੀਆਂ ਟੁੱਟੀਆਂ ਵੀ ਸਨ ਤੇ ਪਾਲੇ ਦੇ ਨਾਲ ਠਰੀਆਂ ਹੋਈਆਂ ਸਨ ਠਰੂੰ ਠਰੂੰ ਕਰਦੀਆਂ ਸੰਗਤਾਂ ਦਾ ਕਾਫਲਾ ਆਇਆ ਤੇ ਮਹਾਰਾਜ ਨੇ ਵੇਖਿਆ ਕਹਿਣ ਲੱਗੇ ਭਈ ਸੰਗਤਾਂ ਆਈਆਂ ਇਹਨਾਂ ਵਾਤੇ ਪ੍ਰਸ਼ਾਦਾ ਪਾਣੀ ਤਿਆਰ ਕਰੋ ਪ੍ਰਸ਼ਾਦਾ ਪਾਣੀ ਤਿਆਰ ਹੋਣ ਲੱਗਾ ਭਾਈ ਆਦਮ ਨੇ ਜਿਹੜਾ ਘਰ ਬਾਲਣ ਪਿਆ ਸੀ ਨਾ ਥੋੜਾ ਬਾਲਾ ਜਿਹੜਾ ਘਰ ਦੇ ਦਰਵਾਜੇ ਸਨ ਉਹ ਵੀ ਲਾ ਕੇ ਨਾ ਅੱਗ ਬਾਲ ਦਿੱਤੀ ਤਿੰਨ ਚਾਰ ਥਾਵਾਂ ਤੇ ਤੋਂ ਗੁਰੂ ਰਾਮਦਾਸ ਮਹਾਰਾਜ ਪੁੱਛਦੇ ਆ ਵੀ ਚਾਰ ਛਪਰੇ ਬੜੀ ਅੱਗ ਬਲਦੀ ਪਈ ਐ ਉੱਚੀ ਉੱਚੀ ਲਾਟਾਂ ਉੱਠਦੀਆਂ ਫਈਆਂ ਅੱਗ ਹੀ ਫਲ ਹੋਵਣੇ ਅੰਗਿਆਰਾ ਤੋ ਸਿੱਖਾਂ ਦੱਸਿਆ ਮਹਾਰਾਜ ਭਾਈ ਆਦਮ ਆ ਬੁੱਢੇ ਵਾਰੇ ਸੇਵਾ ਕਰਦਾ ਤੇ ਦੋਵੇਂ ਜੀ ਬੜੀ ਨਿਸ਼ਕਾਮ ਸੇਵਾ ਕਰਦੇ ਲੱਕ ਬਨ ਕੇ ਸੇਵਾ ਕਰਦੇ ਮਾਰੇ ਕਹਿ ਲੱਗੇ ਵੀ ਧਾਨਿਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਤੇ ਧਾਨ ਨੇ ਗੁਰੂ ਨਾਨਕ ਦੇ ਮਹਾਰਾਜ ਉਹ ਰਾਤ ਜਦੋਂ ਬਲਦੀ ਹੋਈ ਅੱਗ ਮਹਾਰਾਜ ਨੇ ਵੇਖੀ ਨਾ ਮਣ ਦੇ ਵਿੱਚ ਬੜੀ ਮਹਾਰਾਜ ਦੇ ਬਖਸ਼ਾ ਦਾ ਫੁਰਨਾ ਫੁਰਿਆ ਤੇ ਰਾਤ ਗੁਜਰੀ ਸਵੇਰੇ ਦਿਨ ਚੜਿਆ ਮਾਰੇ ਕਹਿਣ ਲੱਗੇ ਵੀ ਜਿਹੜੇ ਸਿੱਖ ਨੇ ਰਾਤ ਸੰਗਤਾਂ ਨੂੰ ਅੱਗ ਸਿਕਾਈ ਹੈ ਨਾ ਬਾਣੀ ਨੇ ਸਿਆਲ ਦੀ ਰੁੱਤ ਨੂੰ ਦੁੱਖ ਮੰਨਿਆ ਅਗਨ ਸੀਤ ਕਾ ਲਾਹ ਸੁਦੂਖ ਅੱਗ ਬਲਦੀ ਹੋਵੇ ਤੇ ਠੰਡ ਦੇ ਦੁੱਖ ਨੂੰ ਦੂਰ ਕਰਦੀ ਹੈ ਮਾਰੇ ਕਹਿਣ ਲੱਗੇ ਜਿਸ ਸਿੱਖ ਨੇ ਆਪ ਦੁਖੀ ਹੋ ਕੇ ਸੰਗਤਾਂ ਨੂੰ ਸੁਖ ਦਿੱਤਾ ਹੈ ਉਹ ਸਿੱਖ ਨੂੰ ਖੜਾ ਕਰੋ ਭਾਈ ਆਦਮ ਖੜੇ ਹੋਏ ਕਹ ਲੱਗੇ ਜੋ ਮੰਗਿਆ ਜਾਂਦਾ ਮੰਗ ਲਾ ਤੇ ਸ਼ਰਮ ਖਾ ਗਿਆ ਵੀ ਮੰਗ ਆਏ ਤੇ ਪੁੱਤਰ ਦੀ ਦਾਤ ਲੈਣ ਸਾਂ ਪਰ ਕੇਸ ਚਿੱਟੇ ਹੋ ਗਏ ਨੇ ਖੜਾ ਹੋ ਕੇ ਮੰਗਾਗਾ ਤੇ ਦੁਨੀਆ ਚ ਕੀ ਸੁਨੇਹਾ ਜਾਏਗਾ ਲੋਕ ਕੀ ਕਹਿਣਗੇ ਲੋਕ ਲੱਜਾ ਪਾਲਦਾ ਸ਼ਰਮ ਦਾ ਮਾਰੇ ਨੇ ਕੁਝ ਮੰਗਿਆ ਨਹੀਂ ਮਹਾਰਾਜ ਤੁਹਾਡਾ ਦਿੱਤਾ ਬੜਾ ਕੁਛ ਘਰ ਗਿਆ ਤੇ ਉਹਦੀ ਸਿੰਘਣੀ ਨੇ ਝਿੜਕਿਆ ਕਹਿ ਲੱਗੀ ਵੀ ਸਾਲ ਹੋ ਗਿਆ ਆਪਾਂ ਨੂੰ ਸੇਵਾ ਕਰਦੇ ਨੂੰ ਮਸਾਂ ਤੇ ਵਕਤ ਆਇਆ ਸੀ ਮਹਾਰਾਜ ਨੇ ਜੋ ਮੰਗੇ ਦਾ ਮੰਗ ਲੋ ਤੁਹਾਡੇ ਤੋਂ ਪੁੱਤਰਾਂ ਦੀ ਦਾਤ ਨਹੀਂ ਮੰਗੀ ਗਈ ਜੇ ਤਿੰਨ ਚਾਰ ਨਹੀਂ ਸਣ ਮੰਗਣੇ ਕੰਮ ਸੇ ਕੰਮ ਇੱਕ ਪੁੱਤਰੀ ਮੰਗ ਲੈnde ਆਏ ਤੇ ਆਪਾਂ ਪੁੱਤਰ ਦੀ ਦਾਤ ਵਾਸਤੇ ਸਾਂ ਕਹਿਣ ਲੱਗੇ ਵੀ ਚਲੋ ਕੋਈ ਨਹੀਂ ਉਧਰ ਮਹਾਰਾਜ ਨੇ ਆਉਣ ਲੱਗੇ ਨੂੰ ਆਖਿਆ ਸੀ ਵੀ ਚਲ ਘਰ ਚਲਾ ਜਾ ਕੱਲ ਨੂੰ ਸੋਚ ਕੇ ਮੰਗ ਲੈ ਕੱਲ ਨੂੰ ਘਰੋਂ ਪੁੱਛ ਕੇ ਮੰਗ ਲੈ ਅਗਲੇ ਦਿਨੋ ਘਰ ਵਾਲੀ ਕਹਿਣ ਲੱਗੀ ਵੀ ਤੂੰ ਕੱਲਾ ਨਾ ਜਾਈ ਮੈਂ ਵੀ ਨਾਲ ਜਾਾਂਗੀ ਘਰ ਵਾਲੀ ਗੁਰਮੁਖੋ ਵਜ਼ੀਰ ਹੁੰਦੀ ਜੇ ਨੇਕ ਹੋਵੇ ਤਾਂ ਤੇ ਜੇ ਕਿਤੇ ਘਰ ਵਾਲੀ ਦਾ اخਲਾਕ ਨਾ ਹੋਵੇ ਤੇ ਫਿਰ ਬਰਬਾਦ ਹੁੰਦਿਆਂ ਵੀ ਦੇਰ ਹੀ ਨਹੀਂ ਲੱਗਦੀ ਐ ਰਕ ਜਿਹੜਾ ਇਨਸਾਨ ਐ ਰਾਜਾ ਐ ਤੇ ਘਰ ਵਾਲੀ ਦਾ ਵਜ਼ੀਰ ਐ ਜੇ ਨੇਕ ਹੋਵੇ ਤਾਂ ਤੇ ਘਰ ਸਵਰਗ ਹੁੰਦਾ ਜੇ ਘਰ ਵਾਲੀ ਨੇਕ ਨਾ ਹੋਵੇ ਤੇ ਘਰ ਦੇ ਵਿੱਚ ਨਰਕ ਬਣਦਿਆਂ ਦੇਰ ਹੀ ਨਹੀਂ ਲੱਗਦੀ ਯਤਨ ਕਰਿਆ ਕਰੋ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੈ ਵੈ ਮੰਗੀ ਇਹ ਨਾ ਵੇਖਿਆ ਕਰੋ ਕਿ ਕੁੜੀ ਨੂੰ ਜ਼ਮੀਨ ਕਿੰਨੀ ਆਉਂਦੀ ਹੈ ਗੱਡੀ ਕਿਹੜੀ ਦੋਂਗੇ ਦਾਜ ਕੀ ਦੋਂਗੇ ਇਹ ਪੁੱਛਿਆ ਕਰੋ ਵੀ ਬਾਣੀ ਕਿੰਨੀ ਕੰਠਿਆ ਕੋਈ ਸੇਵਾ ਕਿੰਨੀ ਕਰਦੇ ਹੋ ਅੰਮ੍ਰਿਤ ਵੇਲੇ ਜਾਗਦੇ ਹੋ ਕਿ ਨਹੀਂ ਜਾਗਦੇ ਗੁਰੂ ਦੇ ਪਿਆਰ ਵਾਲੇ ਹੈਗੇ ਹੋ ਕਿ ਨਹੀਂ ਹੈਗੇ ਉਹ ਘਰ ਵਾਲੀ ਬੜੀ ਨੇਕ ਸੀ ਕਹਿਣ ਲੱਗੀ ਮੈਂ ਨਾਲ ਚੱਲਾਂਗੀ ਅਗਲੇ ਦਿਨ ਆ ਕੇ ਦੀਵਾਨ ਚ ਬੇਨਤੀ ਕੀਤੀ ਮਹਾਰਾਜ ਉਮਰ ਦੇ ਲਿਹਾਜ ਨਾਲ ਅਸੀਂ ਸ਼ਰਮ ਖਾ ਗਏ ਆਂ ਪਰ ਤੁਸੀਂ ਅੰਤਰਜਾਮੀ ਹੋ ਤੁਹਾਨੂੰ ਪਤਾ ਸਾਡੀ ਅਜੇ ਕੋਖ ਖਰੀ ਨਹੀਂ ਹੋਈ ਕਿਰਪਾ ਕਰਕੇ ਪੁੱਤਰਾਂ ਦੀ ਦਾਤ ਦਿਓ ਜੇ ਤਰੁੱਠੇ ਹੋ ਮਹਾਰਾਜ ਕਹਿਣ ਲੱਗੇ ਤੁਹਾਡੇ ਜੇ ਕਰਮਾਂ ਚ ਪੁੱਤਰ ਹੁੰਦਾ ਤੁਹਾਨੂੰ ਮਿਲ ਜਾਣਾ ਸੀ ਤੁਹਾਡੇ ਭਾਗਾ ਚ ਪੁੱਤਰ ਹੈ ਨਹੀਂ ਸੀ ਪਰ ਅਸੀਂ ਹੁਣ ਤੁਹਾਡੇ ਨਾਲ ਬਚਨ ਕਰ ਬੈਠੇ ਹਾਂ ਜੋ ਮੰਗਿਆ ਜਾਂਦਾ ਮੰਗ ਲਓ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਰੌ ਰੀਤੀ ਹੈ ਵਿਰਧ ਬਾਣੇ ਦੀ ਲਾਜ ਰੱਖਦਾ ਹੈ ਬਾਬਾ ਨਾਨਕ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਰ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਸਾਡੇ ਘਰ ਚਾਰ ਸਹਬਜ਼ਾਦਿਆਂ ਨੇ ਜਨਮ ਲੈਣਾ ਸੀ ਤਿੰਨ ਦਾ ਜਨਮ ਹੋ ਚੁੱਕਿਆ ਹੈ ਇੱਕ ਪੁੱਤਰ ਸੀ ਆਪਣਾ ਤੁਹਾਨੂੰ ਦੇਣਿਆ ਤੁਹਾਡੇ ਘਰ ਪੈਦਾ ਵਗਦਾ ਨਾਂ ਭਾਈ ਭਗਤਾ ਰੱਖਿਓ ਫਿਰ ਬਾਬੇ ਆਦਮ ਦੇ ਘਰ ਬੁੱਢੇ ਵਾਰੇ 70 ਤੋਂ ਜਿੱਥੋਂ ਲੋਕ ਨੇ 70ਆ 80ਆ ਗਿਆ ਭਾ ਵੀ ਦੀ ਅਕਲ ਟਿਕਾਣੇ ਨਹੀਂ ਹੈ ਉਸ ਵੇਲੇ ਗੁਰੂ ਨਾਨਕ ਦੇ ਘਰੋਂ ਨੂੰ 72 ਸਾਲ ਦੀ ਉਮਰ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋਈ ਜੇ 72 ਸਾਲ ਤੱਕ ਵੀ ਬੰਦੇ ਨੂੰ ਉਮੀਦ ਰੱਖਣੀ ਪਵੇ ਤੇ ਚਿੱਤ ਛੋਟਾ ਨਹੀਂ ਕਰਨਾ ਚਾਹੀਦਾ 72 ਸਾਲਾਂ ਬਾਅਦ ਵੀ ਝੋਲੀਆਂ ਜਿਹੜੀਆਂ ਰਹਿਮਤਾ ਨਾਲ ਪਰ ਜਾਂਦੀਆਂ